ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਥੇਬੰਦੀ ਦੀ ਇੱਕ ਅਹਿਮ ਮੀਟਿੰਗ ਅੱਜ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਦਲਜੀਤ ਸਿੰਘ ਚੀਮਾ ਸਾਬਕਾ ਸਿੱਖਿਆ ਮੰਤਰੀ ਨੇ ਦੱਸਿਆ ਕਿ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮਹਾਨਗਰ ਕੀਰਤਨ 18 ਅਪ੍ਰੈਲ ਐਤਵਾਰ ਨੂੰ ਬਾਅਦ ਦੁਪਹਿਰ ਰੂਪਨਗਰ ਸ਼ਹਿਰ ਵਿਖੇ ਪਹੁੰਚੇਗਾ, ਜਿਸ ਦਾ ਹਲਕੇ ਦੀ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਇਹ ਨਗਰ ਕੀਰਤਨ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਚਾਂਦਨੀ ਚੌਕ ਤੇ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਪਾਵਨ ਅਸਥਾਨਾਂ ਤੋਂ ਹੁੰਦਾ ਹੋਇਆ 17 ਅਪ੍ਰੈਲ ਨੂੰ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਸ਼ਰਾਮ ਕਰੇਗਾ। 18 ਅਪ੍ਰੈਲ ਨੂੰ ਸਵੇਰੇ ਖਰੜ ਕੁਰਾਲੀ ਤੋਂ ਹੁੰਦਾ ਹੋਇਆ ਰੂਪਨਗਰ ਪਹੁੰਚੇਗਾ। ਉਪਰੰਤ ਰੂਪਨਗਰ ਬਾਈਪਾਸ ਡਾਕਟਰ ਸੁਰਜੀਤ ਹਸਪਤਾਲ ਵਾਲਾ ਚੌਕ ਬੇਲਾ ਰੋਡ ਬੇਲਾ ਚੌਕ ਗਿਆਨੀ ਜੈਲ ਸਿੰਘ ਨਗਰ ਵਿੱਚੋਂ ਲੰਘ ਕੇ ਰੇਲਵੇ ਫਾਟਕਾਂ ਤੋਂ ਮਲਕਪੁਰ ਕਨੌਲੀ ਪਰਤਗੜ ਹੋ ਕੇ ਸ਼ਾਮ ਨੂੰ ਕੀਰਤਪੁਰ ਸਾਹਿਬ ਵਿਸ਼ਰਾਮ ਕਰੇਗਾ ਅਤੇ 19 ਅਪ੍ਰੈਲ ਨੂੰ ਸ਼੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ। ਦੇਖੋ ਅੱਜ ਦੀ ਜਿਹੜੀ ਮੀਟਿੰਗ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਦਾ ਜਿਹੜਾ ਇਤਿਹਾਸਿਕ ਨਗਰ ਕੀਰਤਨ ਸ਼੍ਰੀ ਅੰਮ੍ਰਿਤਸਰ ਦੀ ਧਰਤੀ ਤੋਂ ਸ਼ੁਰੂ ਹੋਇਆ ਸੀ, ਜਿਹੜਾ ਪੰਜਾਬ ਤੋਂ ਬਾਅਦ ਗੁਰਦੁਆਰਾ ਧਮਧਾਨ ਸਾਹਿਬ ਹਰਿਆਣੇ ਤੋਂ ਹੁੰਦਾ ਹੋਇਆ ਦਿੱਲੀ ਦੇ ਇਤਿਹਾਸਿਕ ਸਥਾਨਾਂ ਤੋਂ ਵਾਪਸ ਸ਼੍ਰੀ ਅਨੰਦਪੁਰ ਸਾਹਿਬ ਨੂੰ ਚੱਲ ਪਿਆ। ਉਹ ਨਗਰ ਕੀਰਤਨ 18 ਤਰੀਕ ਨੂੰ ਰੋਪੜ ਦੇ ਵਿੱਚੋਂ ਦੀ ਗੁਜ਼ਰਨਾ ਔਰ ਮੋਹਾਲੀ ਦੇ ਵਿੱਚੋਂ ਹੁੰਦਾ ਹੋਇਆ ਖਰੜ ਕੁਰਾਲੀ ਦੇ ਰਸਤੇ ਪੁਲਿਸ ਲਾਈਨ ਦੇ ਟੀ ਪੁਆਇੰਟ ਦੇ ਉੱਤੇ ਪਹੁੰਚੇਗਾ। ਇੱਥੋਂ ਬਾਈਪਾਸ ਦੇ ਰਸਤੇ ਬੇਲਾ ਰੋਡ ਤੋਂ ਸ਼ਹਿਰ ਦੇ ਵਿੱਚ ਐਂਟਰ ਹੋਏਗਾ ਔਰ ਗੌਰਮੈਂਟ ਕਾਲਜ ਤੋਂ ਗਿਆਨੀ ਜੈਲ ਸਿੰਘ ਨਗਰ ਦੇ ਵਿੱਚ ਦੀ ਜਿਹੜਾ ਸਰਹੰਦ 'ਤੇ ਨਵਾਂ ਪੁਲ ਬਣਿਆ ਉੱਥੋਂ ਰੇਲਵੇ ਸਟੇਸ਼ਨ ਦੇ ਰਸਤੇ ਜਿਹੜਾ ਫਿਰ ਕਨੌਲੀ ਵਾਲੇ ਪਾਸੇ ਨੂੰ ਰਵਾਨਾ। ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਜੀਵਨ ਹੈ ਔਰ ਜੋ ਉਹਨਾਂ ਦੀ ਲਾਸਾਨੀ ਕੁਰਬਾਨੀ ਹੈ ਉਹਦੇ ਮੁਤਾਬਕ ਇੱਕ ਵੱਡਾ ਸੰਦੇਸ਼ ਜਿਹੜਾ ਉਹ ਇਸ ਜਿਹੜੇ ਜਗਤ ਨੂੰ ਦੇਣ ਵਾਸਤੇ ਅੱਜ ਅਸੀਂ ਆਪਣੇ ਸਾਰੇ ਜ਼ਿਲ੍ਹੇ ਦੀ ਮੀਟਿੰਗ ਕੀਤੀ ਹੈ। ਇਸ ਤੋਂ ਬਾਅਦ ਅਸੀਂ ਧਾਰਮਿਕ ਜਥੇਬੰਦੀਆਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰ ਰਹੇ ਹਾਂ, ਦੂਜੇ ਧਰਮਾਂ ਦੇ ਜਿਹੜੇ ਧਾਰਮਿਕ ਸਥਾਨ ਹੈ ਧਾਰਮਿਕ ਸੇਵਾ ਸੁਸਾਇਟੀਆਂ ਨੇ ਉਹਨਾਂ ਨੂੰ ਵੀ ਅਸੀਂ ਬੇਨਤੀਆਂ ਕਰ ਰਹੇ ਹਾਂ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਕੁਰਬਾਨੀ ਸੀ ਉਹ ਧਰਮ ਦੀ ਆਜ਼ਾਦੀ ਵਾਸਤੇ ਸੀ। ਸੈਕੂਲਰਿਜ਼ਮ ਦੀ ਦੁਨੀਆ ਦੇ ਵਿੱਚ ਇਸ ਤੋਂ ਵੱਡੀ ਉਦਾਹਰਣ ਨਹੀਂ ਮਿਲਦੀ ਕਿ ਜਿਸ ਤਰੀਕੇ ਇੱਕ ਧਰਮ ਦੇ ਗੁਰੂ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪ ਜਾ ਕੇ ਦਿੱਲੀ ਦੇ ਵਿੱਚ ਜਬਰ ਜ਼ੁਲਮ ਅਤੇ ਬੇਇਨਸਾਫੀ ਦੇ ਖਿਲਾਫ ਐਡੀ ਵੱਡੀ ਸ਼ਹਾਦਤ ਦਿੱਤੀ। ਸੋ ਅੱਜ ਇਹ ਸੰਦੇਸ਼ ਦੀ ਬਹੁਤ ਵੱਡੀ ਰੈਲੀਵੈਂਸ ਹੈ ਦੁਨੀਆ ਦੇ ਵਿੱਚ, ਕਿਉਂਕਿ ਅੱਜ ਅਸਹਿਣਸ਼ੀਲਤਾ ਜਿਹੜੀ ਆ ਉਹ ਸਾਡੇ ਸਮਾਜ ਦੇ ਵਿੱਚ ਬਹੁਤ ਫਿਰ ਵੱਧ ਰਹੀ ਹੈ। ਇਸ ਕਰਕੇ ਆਪੋ 'ਚ ਧਰਮਾਂ ਦੇ ਵਿੱਚ ਲੋਕਾਂ ਦਾ ਪ੍ਰੇਮ ਵਧੇ, ਪਿਆਰ ਵਧੇ, ਆਪਸੀ ਸਦਭਾਵਨਾ ਵਧੇ, ਸਾਂਝੀਵਾਲਤਾ ਦਾ ਮਾਹੌਲ ਬਣੇ। ਇਹ ਜਿਹੜੇ ਇਸ ਤਰ੍ਹਾਂ ਦੇ ਨਗਰ ਕੀਰਤਨ ਇਤਿਹਾਸਕ ਨੇ ਇਹ ਬੜਾ ਵੱਡਾ ਹੁਲਾਰਾ ਇਹਨਾਂ ਮੁਹਿੰਮਾਂ ਨੂੰ ਦਿੰਦੇ ਆ। ਇਸ ਕਰਕੇ ਅਸੀਂ ਸਾਰੇ ਰੋਪੜ ਜ਼ਿਲ੍ਹੇ ਦੇ ਵਿੱਚ ਥਾਂ ਥਾਂ 'ਤੇ ਡਿਊਟੀਆਂ ਲਾਤੀਆਂ ਨੇ। ਬਾਕੀ ਸੰਸਥਾਵਾਂ ਨੂੰ ਅਸੀਂ ਅੱਜ ਤੋਂ ਬੇਨਤੀ ਕਰਨੀ ਸ਼ੁਰੂ ਕਰਾਂਗੇ। ਇਹਦੇ ਵਿੱਚ ਗੁਰੂ ਮਹਾਰਾਜ ਦੀ ਸਵਾਰੀ ਵੀ ਆ, ਉਹਨਾਂ ਦੇ ਨਾਲ ਜੋ ਰਵਾਇਤੀ ਨਗਰ ਕੀਰਤਨ ਦੇ ਵਿੱਚ ਨਿਸ਼ਾਨਚੀ, ਪੰਜ ਪਿਆਰੇ ਔਰ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਬਹੁਤ ਸਾਰੇ ਜਿਹੜੇ ਸ਼ਸਤਰ ਜਿਹੜੇ ਕੁਛ ਗੁਰਦੁਆਰਾ ਧਮਧਾਨ ਸਾਹਿਬ ਦੇ ਵਿੱਚ ਸਨ, ਕੁਛ ਨਾਭੇ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਨ, ਉਹ ਵੀ ਗੱਡੀਆਂ ਦੇ ਵਿੱਚ ਸੁਸ਼ੋਭਿਤ ਕਰਕੇ ਸੰਗਤਾਂ ਨੂੰ ਦਰਸ਼ਨ ਕਰਾਏ ਜਾ ਰਹੇ ਆ। ਇੱਕ LED ਦੇ ਵਿੱਚ ਗੁਰੂ ਸਾਹਿਬ ਦਾ ਸੰਖੇਪ ਜੀਵਨ, ਉਹਨਾਂ ਦੀਆਂ ਜਿਹੜੀਆਂ ਸਾਰੀਆਂ ਸਿੱਖਿਆਵਾਂ ਉਹ ਵੀ ਇਤਿਹਾਸ ਨੂੰ ਦਰਸਾਉਂਦੀ ਜਿਹੜੀ ਝਲਕੀਆਂ ਨੇ ਉਹ ਇੱਕ ਵੱਖਰੀ ਗੱਡੀ ਦੇ ਉੱਤੇ ਨਾਲ ਨਾਲ ਉਹ ਵੀ ਚੱਲਦੀ ਹੈ। ਇਸ ਕਰਕੇ ਅਸੀਂ ਸਮਝਦੇ ਹਾਂ ਕਿ ਭਾਵੇਂ ਵਾਢੀ ਦਾ ਜ਼ੋਰ ਹੈ ਲੇਕਿਨ ਫਿਰ ਵੀ ਇਸ ਮੌਕੇ ਦੇ ਉੱਤੇ ਇਹ ਜਿਹੜਾ ਪ੍ਰੇਮ ਦਾ, ਪਿਆਰ ਦਾ, ਸਦਭਾਵਨਾ ਦਾ ਸੁਨੇਹਾ ਇਹ ਵੱਡੀ ਗਿਣਤੀ 'ਚ ਲੋਕਾਂ ਤੱਕ ਪਹੁੰਚੇ। ਰਾਤ ਨੂੰ ਜਾ ਕੇ ਇਹ ਕੀਰਤਪੁਰ ਸਾਹਿਬ ਜਿਹੜਾ ਠਹਿਰਾਅ ਹੋਵੇਗਾ। 19 ਤਰੀਕ ਨੂੰ ਜਿਹੜਾ ਭਾਈ ਜੈਤਾ ਜੀ ਦੇ ਨਾਮ ਦੇ ਉੱਤੇ ਇੱਕ ਸੰਮੇਲਨ ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਕੀਤਾ ਜਾ ਰਿਹਾ, ਉੱਥੇ ਜਾ ਕੇ 12-1 ਵਜੇ ਇਹ ਨਗਰ ਕੀਰਤਨ ਜਿਹੜਾ ਉੱਥੇ ਸਮਾਪਤ ਹੋਏਗਾ।
सो बड़ी सानू खुशी है भागम वाले हाँ कि 400 साल साढ़े जीवन के आया। इस करके असी सारे बेनती की है कि जो कोई हिस्सा पा सकता है वो सत्कार वजो सारे जोड़ा वो हिस्सा पाओ।